ਵੈਲਕਮ ਬੈਕ ਟੂ ਆਰ ਨਿਊ ਵਲੋਗ ਗਾਈਸ। ਉਮੀਦ ਕਰਦੇ ਹਾਂ ਕਿ ਸਾਰੇ ਜਣੇ ਬਿਲਕੁਲ ਹੀ ਠੀਕ ਹੋਵੋਗੇ। ਅਤੇ ਫਾਈਨਲੀ ਅੱਜ ਉਹ ਦਿਨ ਆ ਹੀ ਗਿਆ ਜਿੱਦਣ ਅਸੀਂ ਚੱਲੇ ਹਾਂ ਬਾਬਾ ਬਲਕ ਨਾਥ ਜੀ ਦੇ। ਬਹੁਤ ਚਾਅ ਹੁੰਦਾ ਇਸ ਦਿਨ ਦਾ ਘਰ ਜਾਣ, ਜਿੱਦਾਂ ਮੇਰੇ ਵਿਆਹ ਦਾ ਚਾਅ ਸੀ ਨਾ ਇੱਦੀ ਉਹਨਾਂ ਨੂੰ ਜਾਣ ਦਾ ਚਾਅ ਹੁੰਦਾ ਸ਼ੁਰੂ ਤੋਂ ਹੀ, ਕਿਉਂਕਿ ਸਾਡੇ ਸ਼ੁਰੂ ਤੋਂ ਹੀ ਜਾਂਦੇ ਆ ਉੱਧਰੋਂ ਬੱਸ ਲੈ ਕੇ। ਅਤੇ ਮੈਂ ਤਾਂ ਹੈਗੀ ਹਾਂ ਰੈਡੀ, ਸ਼ੀਸ਼ੇ 'ਚ ਦੇਖ ਸਕਦੇ ਹਾਂ ਠੀਕ ਆ। ਅਤੇ ਲਾੜਾ ਸਾਹਿਬ ਨਹੀਂ ਸਾਡੇ ਤਿਆਰ ਹੋਇਆ, ਕੀਤੂ ਵੀ ਸਾਡਾ ਤਿਆਰ ਦਿਖਣ ਲੱਗੀ ਸੀ। ਮੈਂ ਕੀਤੂ ਆਈ ਐਮ ਰੈਡੀ, ਇਹ ਪਾਪਾ ਨੂੰ ਲੱਭਦਾ ਆਪਣਿਆਂ ਨੂੰ। ਅਤੇ ਪਾਪਾ ਇਹਦੇ ਹਜੇ ਨਹਾਉਂਦੇ ਪਏ ਆ, ਅਸੀਂ ਹੋ ਗਏ ਹਾਂ ਰੈਡੀ। ਦੇਖ ਲਓ ਕਹਿੰਦੇ ਹੁੰਦੇ ਆ ਕੁੜੀਆਂ ਲੇਟ ਕਰਦੀਆਂ ਰੈਡੀ ਹੋਣ ਨੂੰ, ਪਰ ਕੁੜੀਆਂ ਲੇਟ ਨਹੀਂ ਕਰਦੀਆਂ। ਮੇਰੇ ਲਾੜਾ ਸਾਹਿਬ ਨੇ ਲੇਟ ਕਰਾਇਆ, ਉਹ ਉੱਧਰੋਂ ਤੁਰ ਪਏ ਹੋਏ ਆ, ਫੋਨ ਆਇਆ ਉਹਨਾਂ ਦਾ। ਫਿਰ ਜਦ ਤੱਕ ਉਹਨਾਂ ਨੇ ਇੱਥੇ ਪਹੁੰਚਣਾ ਤਦ ਤੱਕ ਅਸੀਂ ਇੱਥੇ ਬੱਸੀ ਤੱਕ ਪਹੁੰਚ ਜਾਣਾ ਆ, ਕਿਉਂਕਿ ਸਾਨੂੰ ਤਾਂ ਨੇੜੇ ਪੈਂਦੀ ਹੈ ਇੱਥੋਂ। ਅਤੇ ਮਿਲਦੇ ਹਾਂ ਹੁਣ ਅੱਗੇ ਜਾ ਕੇ, ਅਤੇ ਦਿਖਾਉਂਦੇ ਹਾਂ ਤੁਹਾਨੂੰ, ਅਤੇ ਫਿਰ ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ। ਬੜੀ ਦੁੱਖ ਭਰੀ ਆਵਾਜ਼, ਪਾਪਾ ਪਾਪਾ ਕੀ ਪਾਪਾ ਦੇ ਪਿੱਛੇ 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 ਪਿੱਛੇ। ਚਲੋ ਹੁਣ ਅਸੀਂ ਚੱਲੇ ਆ ਗਾਈਜ਼, ਮੇਰੇ ਬੱਸ ਆ ਗਈ ਸਾਡੀ। ਬਲੌਗ ਬਣਾਉਂਦੇ ਸਤਿ ਸ੍ਰੀ ਅਕਾਲ ਜੀ, ਓ ਮਾਈ ਗੋਡ, ਪੈਰੀ ਹੱਥ ਲਾਇਆ ਮੇਰੇ ਪੈਰੀ ਹੱਥ ਲਾਇਆ, ਮਾਈ ਗੋਡ। ਹਾਂਜੀ ਜੀ, ਕੀ ਹਾਲ ਚਾਲ ਦੋਸਤੋ, ਠੀਕ ਠਾਕ ਜੋ? ਹਾਂਜੀ ਆਯੋ ਬੋਲਦਾ ਪਿਆ। ਹਾਂਜੀ ਆਯੋ, ਆ ਚੇਲੇ ਆਪਣੇ ਨੀਟੂ ਸ਼ਟਰ ਵਾਲੇ ਵਾਲੇ ਮਾਰਨੇ ਨੇ, ਲਿਮਕਾ ਚਾਹੀਦਾ ਇਹਨੇ ਇੱਕ ਬੋਤਲ ਨਾਨੂ ਹੋਏ। ਪ੍ਰੀਤ ਭਾਜੀ ਗੱਡੀ ਚ ਜਾਣਾ ਆ ਮੇਰਾ ਹੀ ਆ। ਲੋ ਜੀ, ਫੋਟੋ ਸ਼ੂਟ ਵਾਲੇ ਇਕੱਠੇ ਹੋ ਗਏ ਆ। ਨਾ ਦੇਖੀ ਕੀ ਤੇ
ਫਿਲਟਰ ਨਹੀਂ ਸੋਹਣਾ ਆ, ਲੋ ਖਿੱਚਣੀ ਕਾਹਤੇ ਲੱਗੀ, ਫੋਨ ਵੀ ਚੱਜ ਦਾ ਹੋਣਾ ਚਾਹੀਦਾ। ਲੋ ਫੋਟੋ ਸ਼ੂਟ ਚੱਲ ਪਿਆ ਆ, ਤੂੰ ਫੋਟੋ ਕਰਾਉਣੀ ਆ। ਜਿੱਦਾਂ ਤੁਸੀਂ ਦੇਖ ਸਕਦੇ ਆ, ਨਾਲ ਸੰਗਤ ਬਹੁਤ ਜੁੜ ਚੁੱਕੀ ਆ, ਜਾਣ ਡੇ ਆ। ਤੁਸੀਂ ਤੂੰ ਨੀ ਟੇਕਿਆ ਮੱਥਾ, ਟੇਕਣਾ ਆ ਹਜੇ, ਚਵੜਾ ਪਾ ਲੈਣੀ ਆ ਜੀ। ਵੇ ਲਓ ਜੀ, ਮੱਥਾ ਟੇਕ ਲਿਆ ਬੱਸੀ ਵੀ, ਤੇ ਹੁਣ ਜਾ ਕੇ ਰੁਕਣਾ ਪੀਰ ਨਿਗਾਹੇ, ਉੱਥੇ ਜਾ ਕੇ ਦਰਸ਼ਨ ਕਰਾਉਂਦੇ ਆ। ਪਰ ਆਹ ਦੇਖੋ ਹਜੇ ਬੱਸ ਕਰੋ, ਤੁਸੀਂ ਸਾਰੇ ਬਾਬੇ ਹੁਣੀ ਬਣਾ ਕੇ ਛੱਡਣੇ। ਦੇਖੀ ਸਤਿਆ ਸਾਡੀ, ਜੇ ਕਿਤੇ ਹੇਦਾ ਬੰਦੇ ਬਾਹਰ ਜਾਣ ਲੱਗ ਪਏ ਤੇ ਬੱਸ ਵੇ ਬੈਠਾ ਬੈਠਾ ਚਲੋ 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 ਨਹੀਂ ਗਰਮੀ ਲੱਗੇ, ਇਹਨੇ ਗਰਮੀ ਬਹੁਤ ਮੰਨਣੀ। ਲਓ ਜੀ ਹੋ ਗਈ ਸ਼ੁਰੂ ਪਹਿਲੀ ਚੜਾਈ, ਲਾਪਿਆ ਬੰਨ ਬਲੋਕ 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 ਕੋਈ ਰੱਟਾ ਨੀ ਲਾਇਆ, ਮੈਂ ਤਾਂ ਜੋ ਹੁੰਦਾ ਮੈਂ ਓਦਾਂ ਹੀ ਬੋਲਦੀ ਹੁੰਦੀ। ਲਓ ਜੀ ਆ ਤਾਂ ਹੋਇਆ ਲਾਈਵ, ਇਹਨੂੰ ਲਾਈਵ ਹੋਣ ਤੋਂ ਸਵਾਈ ਕੋਈ ਹੋਰ ਕੰਮ ਨੀ ਹੈਗਾ। ਇੱਕ ਦਿਨ ਦੇ ਵਿਚ ਤਿੰਨ ਚਾਰ ਵਾਰੀ ਲਾਈਵ ਹੋਇਆ, ਅੱਜ ਹੋਇਆ, ਅੱਜ ਸਵੇਰੇ ਜਾਵਾਂ ਜਾਂ ਕਿਉਂ, ਕੱਲ ਨੀ ਹੋਇਆ ਸੀ। ਤੈਨੂੰ ਪਤਾ ਨੀ ਕਿੱਥੇ ਚੱਲੇ ਆ, ਮੈਸੇਜ ਕਰ ਕਰ ਪੁੱਛਦਾ ਕਿੱਥੇ ਚੱਲੇ ਆ, ਬਾਬੇ ਦੇ ਚੱਲੇ ਆ। ਇਹ ਸਿੱਧਾ ਹੀ ਅਵਤਾਰ, ਤੇਰੇ ਫਰਕ ਤਾਂ ਨੀ ਪੈ ਗਿਆ, ਸਾਰਾ ਤੇਰੇ ਘਰ ਮੋਹਰੇ ਬੱਸਾਂ ਦੇ ਸਮਾਨ ਲੱਦਿਆ ਆ। ਕਿੱਥੇ ਚੱਲੇ ਆ, ਬੜਾ ਝੰਡੇ ਅਸੀਂ ਚੱਕਿਓ ਬਾਬੇ ਦੇ ਚੱਲੇ ਆ। ਗਿਆਨੀ ਸਿੱਧਾ ਹੀ ਆ, ਗਿਆਨੀ ਦੇ ਫਰਕ ਪੈ ਗਿਆ। ਗਿਆਨੀ ਆਪਾਂ ਕੱਢੀਏ ਗੱਡੀ, ਹੋਰ ਚਲੋ ਵੀਡੀਓ ਬਣਾਈਏ, ਪਤਾ ਹੀ ਉੱਥੇ ਕਿੱਥੇ ਰਟੇ ਲੱਗੇ ਹੋ। ਨੀਂਦ ਦੇਖਿਓ ਕਿਦਾਂ ਆਉਣੀ ਓਹਦੇ ਨਾਲ, ਮੇਰੀ ਆਵਾਜ਼ ਭਾਰੀ। ਹਾਂਜੀ ਭਾਜੀ, ਇੱਕ ਪਾਸੇ ਆ ਜੀ, ਜ਼ੁਕਾਮ ਹੋਇਆ ਜੀ, ਕਰਾ ਕੇ ਦੇਣੀ ਜੀ। ਜਦੋਂ ਪਿਛਲੀ ਵਾਰੀ ਮੈਂ ਬਾਬੇ ਦੇ ਗਈ ਸੀ, ਪਿਛਲੀ ਵਾਰ ਵੀ ਮੈਂ ਬਿਮਾਰ ਸੀ, ਪਹਿਲਾਂ ਸਵੇਰੇ ਸਵੇਰੇ ਜਾ ਕੇ ਦਵਾਈ ਲੈ ਕੇ ਆਏ, ਸਾਰੇ ਬਿਮਾਰ ਹੋ ਕੇ ਸਵੇਰੇ ਸਵੇਰੇ ਜਾ ਕੇ ਦਵਾਈ ਲੈ ਕੇ ਆਏ। ਕੈਮ ਘੁੰਮ ਹੋਏ, ਹੁਣ ਅਸੀਂ ਐਨ ਫਿੱਟ ਐਂਡ ਫਾਈਨ, ਬਸ ਡੋ ਸੜੂ ਹੀ ਹੁੰਦੀ। ਲੋ ਜੀ ਬਸ ਪਹੁੰਚ ਗਏ।
ਬਸ ਕਰ ਨਾ ਰੋ, ਅਸੀਂ ਤੈਨੂੰ ਬਹੁਤ ਮਿਸ ਕੀਤਾ, ਮਿਸ ਯੂ ਬਹੁਤ ਸਾਰਾ। ਕੋਈ ਨੀ, ਅਗਲੀ ਵਾਰੀ ਬਾਬਾ ਸੱਦੀ ਆਵੇ। ਤੂੰ ਹੀ ਕਹਿੰਦਾ ਸੀ ਬਾਹਰ ਜਾਣਾ, ਬਾਹਰ ਜਾਣਾ। ਲੈ ਦੱਸ, ਹੁਣ ਰੋਣ ਡਿਆ ਆ? ਕੋਈ ਨੀ, ਟੈਨਸ਼ਨ ਨੀ ਲਾਉਣੀ, ਅਸੀਂ ਤੈਨੂੰ ਵਲੌਗ ਸਾਰਾ ਦਿਖਾ ਲੈਣਾ। ਬਸ ਤੂੰ ਇਹੀ ਦੇਖਣਾ ਵੀ ਅਸੀਂ ਨਾਲ ਨਾਲ ਹੀ ਆ ਬਾਬੇ ਦੇ। ਬਸ ਮਨ ਜਾ ਹੀ ਨੀ ਕੀਤਾ, ਕਲੈਰਿਟੀ ਹੁੰਦਾ ਨਾਲੇ। ਜੋ ਵੀ ਆ ਸਮਝ ਆ ਗਿਆ। ਇੰਨੇ ਮਾਮੇ ਮਾਸੀਆਂ ਹੁੰਦੇ ਹੋਏ ਵੀ ਮੁੰਡਾ ਉਹਦੇ ਪਾਪੇ ਨੂੰ ਚੱਕਿਆ ਹੋਵੇ, ਕਹਿੰਦਾ ਤੁਸੀਂ ਐਟੀਟਿਊਡ ਜ਼ਿਆਦਾ ਹੀ ਕਰਦੇ। ਬਸ ਕਿਸਮਤ ਮੱਥੇ ਮੇਤੇ ਚਲ ਗਿਆ ਹੋਵੇ। ਦੁਬਈ ਮੇ ਚਲ ਗਏ, ਦੁਬਈ ਮੇ ਬੇਚਾਰੇ ਰੋਂਦੇ। ਪਿਛਲੀ ਵਾਰੀ ਬਹੁਤ ਰੌਣਕ ਲਾਈ ਸੀ ਹਾਂ। ਹੁਣ ਖਾ ਪ੍ਰਸ਼ਾਦ ਲੈ ਲਾ ਇੱਧਰ, ਮੈਂ ਤੈਨੂੰ ਦੱਸਾਂ। ਹਲੋ ਸ਼ਾਹ ਪ੍ਰਸ਼ਾਦ ਲੈ, ਪ੍ਰਸ਼ਾਦ ਦਾ ਨਾਮ ਪ੍ਰਸ਼ਾਦ ਫਿਰ ਪ੍ਰਸ਼ਾਦ ਪੜ ਲਾ, ਪ੍ਰਸ਼ਾਦ ਪੜ ਲਾ, ਮੈਂ ਝੁੰਡ ਕੱਢੀ ਲਓ ਵੀ ਲੈ ਲੋ, ਆਪਾਂ ਆਪਣੇ ਨਿਆਣੇ ਲਈ ਖੜਾਉਣੇ। ਫਿਰ ਜਦੋਂ ਪਤਾ ਲੱਗਾ ਕੜੀ ਚੋਲ, ਕੜੀ ਚੋਲ ਦਾ ਲੰਗਰ ਲੱਗਾ, ਫਿਰ ਦੌੜੀ ਆਈ। ਪਰ ਮੈਂ ਕਿਹੜਾ ਖਾਣਾ, ਪਰ ਮੈਂ ਖਾ ਵੀ ਸਕਦਾ। ਸਾਡੇ ਘਰ ਦੇ ਵਿੱਚ ਸਾਰੇ ਖਾਂਦੇ।
ਨਹੀਂ ਹੁਣ 2 ਮਿੰਟ ਵਿੱਚ ਇੱਧਰ ਬੱਸ ਹੋ ਗਈ ਆ ਗੱਡੀ ਦੀ। ਇਹਦੀ ਲਵਾਲ ਹੀ ਬੱਸ ਹੋਈ ਓ ਦੇਖ ਦੇਖ ਤੁਰ ਤੁਰਦੀ ਤਾਂ ਦੇਖ ਕਿੱਦਾਂ ਇਹ ਹੁਣੇ ਬਜ਼ੁਰਗ ਹੋਏ ਓ ਹੁਣੇ ਕਾਂਡ ਹੋਇਆ ਆ ਦੇਖੋ ਆ ਫੇਰ ਡਿੱਗੀ ਇੱਥੇ ਇਹ ਡਿੱਗਦੀ ਰਹਿੰਦੀ ਜਿੱਥੇ ਵੀ ਜਾਂਦੀ ਕਹਿੰਦੇ ਇਹ ਤਾਂ ਬਾਅਦ ਚ ਪਤਾ ਲੱਗਾ ਇਹ ਤਾਂ ਆਪਣੀ ਡਿੱਗੀ ਹੋ